ਪ੍ਰੋਬਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਹਾਂਮਨਦੀਪ ਜੋਸ਼ ਸਿੰਘ ਬੇਹਦ ਦੁੱਖਦਾਈ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਕਾਲਜ ਦੇ ਪਹਿਲੇ ਦਿਨ ਜਿਵੇਂ ਦੱਸਦੇ ਕਿ ਕਾਲਜ ਦੇ ਪਹਿਲੇ ਦਿਨ ਇੱਕ ਮੌਤ ਹੋ ਗਈ ਹੈ ਨੌਜਵਾਨ ਤਾਂ ਫਿਰ ਤਸਵੀਰ ਦੇਖ ਸਕਦੇ ਹੋ ਤਸਵੀਰ ਦੇਖ ਸਕਦੇ ਹੋ ਮਨਜੋਤ ਸਿੰਘ ਇਸ ਨੌਜਵਾਨ ਦਾ ਨਾਮ ਹੈ ਜਿਸ ਦੀ ਮੌਤ ਹੋ ਗਈ ਹੈ ਕੈਨੇਡਾ ਦੇ ਵਿੱਚ ਔਰ ਕਾਲਜ ਦਾ ਪਹਿਲਾ ਦਿਨ ਸੀ ਕਾਲਜ ਦਾ ਪਹਿਲਾ ਦਿਨ ਸੀ ਪਹਿਲਾ ਇਹ ਦਿਨ ਹੀ ਜਦੋਂ ਕਲਾਸ ਦੇ ਵਿੱਚ ਜਾਂਦਾ ਹੈ ਤਾਂ ਉਸ ਦੌਰਾਨ ਜਿਹੜਾ ਹਾਰਟ ਅਟੈਕ ਆਉਂਦਾ ਇਸ ਨੌਜਵਾਨ ਨੂੰ ਤੇ ਇਸ ਦੀ ਮੌਤ ਹੋ ਜਾਂਦੀ ਹੈ ਬੇहद ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਨਜੋਤ ਸਿੰਘ ਦੇਖ ਸਕਦੇ ਹੋ ਤਸਵੀਰਾਂ ਕਾਲਜ ਦਾ ਨਾਮ ਦੇਖ ਸਕਦੇ ਹੋ ਸੀ ਕਾਲਜ ਦੀ ਤਸਵੀਰ ਵੀ ਹੈ ਤੇ ਨਾਲ ਹੀ ਜਿਹੜਾ ਮਨਜੋਤ ਸਿੰਘ ਔਰਾਂ ਦੀ ਤਸਵੀਰ ਹੈ ਜਿਸ ਤੇ ਪਹਿਲੇ ਦਿਨ ਕਾਲਜ ਚ ਪੜਨ ਜਾਂਦਾ ਮਹਿਜ 19 ਸਾਲਾਂ ਉਮਰ ਸੀ ਔਰ ਧੋੜੇ ਦਿਨ ਪਹਿਲਾਂ ਜੀਆਂ ਦੱਸਦੇ ਕਿ ਅਗਸਤ ਦੇ ਵਿੱਚ ਹੀ ਇਹ ਨੌਜਵਾਨ ਕੈਨੇਡਾ ਦੇ ਵਿੱਚ ਗਿਆ ਸੀ ਧੋੜੇ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਜਾਂਦਾ ਔਰ ਜਦੋਂ ਕਲਾਸ ਦਾ ਪਹਿਲਾ ਦਿਨ ਹੁੰਦਾ ਹੈ ਕਲਾਸ ਦੇ ਪਹਿਲੇ ਦਿਨ ਇਸ ਨੂੰ ਹਾਰਟ ਅਟੈਕ ਆ ਜਾਂਦਾ ਤਾਂ ਦੇਖ ਸਕਦੇ ਹੋ ਕਾਲਜ ਦੀ ਤਸਵੀਰ ਦਿਖਾ ਰਹੇ ਹਾਂ ਤੁਹਾਨੂੰ ਨਾਲ ਔਰ ਕਲਾਸ ਦੀ ਤਸਵੀਰ ਵੀ ਦਿਖਾ ਰਹੇ ਹਾਂ ਜਿੱਤੇ ਇਸ ਦੀ ਮੌਤ ਹੋ ਗਈ ਹੈ ਜੀਆਂ ਦੱਸਦੇ ਕਿ ਹਲਕਾ ਕਨੌਰ ਦਾ ਦੱਸਿਆ ਜਾ ਰਿਹਾ ਹੈ ਕਨੌਰ ਤੋਂ ਦੱਸਿਆ ਜਾ ਰਿਹਾ ਇਸ ਨੌਜਵਾਨ ਜੋ ਕਿ ਮਰ ਚੁੱਕਾ ਹੈ ਜੀਆਂ ਦੱਸਦੇ ਕਿ ਹਾਰਟ ਅਟੈਕ ਨਾਲ ਮੌਤ ਹੋਈ ਹੈ ਔਰ ਕਾਲਜ ਦਾ ਪਹਿਲਾ ਦਿਨ ਸੀ ਦੇਖ ਸਕਦੇ ਹੋ ਕਿੱਡੀ ਟਰੈਜੇਡੀ ਹੋਈ ਹੈ ਇਸ ਨੌਜਵਾਨ ਦੇ ਨਾਲ ਕਾਲਜ ਦਾ ਪਹਿਲਾ ਦਿਨ ਚਾਈ ਚਾਈ ਜਾਂਦਾ ਤੇ ਉਸ ਦੌਰਾਨ ਇਸ ਨੂੰ ਕੀ ਪਤਾ ਹੁੰਦਾ ਕਿ ਵਾਪਸ ਇਸ ਨੇ ਕਦੇ ਨਹੀਂ ਆਉਣਾ ਪਰ ਜਿਵੇਂ ਕਲਾਸ ਦੇ ਵਿੱਚ ਜਾਂਦਾ ਤਾਂ ਕਲਾਸ ਦੇ ਵਿੱਚ ਥੋੜਾ ਸਮਾਂ ਰਹਿੰਦਾ ਤੇ ਬਾਅਦ ਦੇ ਵਿੱਚ ਕਿਹਾ ਜਾਂਦਾ ਕਿ ਇਸ ਨੂੰ ਸਾਹ ਦੀ ਪ੍ਰੋਬਲਮ ਆਉਣ ਲੱਗੀ ਤੇ ਉੱਥੇ ਹਾਰਟ ਅਟੈਕ ਆਉਂਦਾ ਤੇ ਨਾਲ ਦੇ ਨਾਲ ਡਿੱਗ ਜਾਂਦਾ ਤੇ ਜਿੱਤੇ ਇਸ ਦੀ ਮੌਤ ਹੋ ਗਈ ਹੈ ਜੀ ਆ ਦੇਖ ਸਕਦੇ ਹੋ ਤਸਵੀਰਾਂ ਮਨਜੋਤ ਸਿੰਘ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਔਰ ਹਲਕਾ ਕਨੌਰ ਤੋਂ ਹਲਕਾ ਕਨੌਰ ਤੋਂ ਆਏ ਮਨਜੋਤ ਸਿੰਘ ਜਿਸ ਦੀ ਮੌਤ ਹੋ ਗਈ ਹੈ ਕੈਨੇਡਾ ਦੇ ਵਿੱਚ ਕਾਲਜ ਦਾ ਪਹਿਲਾ ਦਿਨ ਸੀ ਤੇ ਪਹਿਲੇ ਦਿਨੀ ਜਿਹੜਾ ਦੇਖ ਸਕਦੇ ਹੋ ਇਸ ਦੀ ਮੌਤ ਹੋ ਗਈ ਹੈ ਕਲਾਸ ਦੇ ਵਿੱਚ ਜੀਆਂ ਦੱਸ ਦੇ ਕਿ ਕਲਾਸ ਦੇ ਵਿੱਚ ਮੌਤ ਹੋ ਗਈ ਹੈ ਕਾਲਜ ਦੇ ਪਹਿਲੇ ਦਿਨ ਮਨਜੋਤ ਸਿੰਘ ਦੀ ਤਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਤਸਵੀਰਾਂ ਨੇ ਮਨਜੋਤ ਸਿੰਘ ਦੀ ਔਰ ਨਾਲ ਉਸ ਦਾ ਕਾਲਜ ਉਹ ਕੈਨੇਡਾ ਦੇ ਵਿੱਚ ਉਸ ਨੇ ਕਾਲਜ ਜਿਹੜਾ ਆਪਣਾ ਚੂਜ਼ ਕੀਤਾ ਸੀ ਸਿਲੈਕਟ ਕੀਤਾ ਸੀ ਦਿੱਤੇ ਉਸ ਨੇ ਪੜ੍ਹਾਈ ਕਰਨੀ ਸੀ ਮਹਿਜ 19 ਸਾਲਾ ਉਮਰ ਸਿੰਘ ਜੀ ਆਹ ਮਹਿਜ 19 ਸਾਲਾਂ ਇਸ ਨੌਜਵਾਨ ਦੀ ਉਮਰ ਸੀ ਪੜਨ ਗਿਆ ਸੀ ਹਜੇ ਅਗਸਤ ਦੇ ਵਿੱਚ ਹੀ ਅਗਸਤ ਦੇ ਵਿੱਚ ਹੀ ਗਿਆ ਸੀ ਤੇ ਦੇਖ ਸਕਦੇ ਹੋ ਥੋੜਾ ਸਮਾਂ ਹੋਇਆ ਸੀ ਲਗਭਗ ਇੱਕ ਹਫਤਾ ਹੋਇਆ ਸੀ ਇਸ ਨੂੰ ਗਏ ਨੂੰ ਆਪਣੇ ਪਿੰਡ ਤੋਂ ਹਲਕਾ ਕਨੌਰ ਤੋਂ ਪਰ ਜਿਵੇਂ ਜਾਂਦਾ ਕਲਾਸ ਦਾ ਪਹਿਲਾ ਦਿਨ ਹੁੰਦਾ ਹੈ ਕਲਾਸ ਦੇ ਵਿੱਚ ਪਹਿਲੇ ਦਿਨ ਜੋ ਜਾਂਦਾ ਤਾਂ ਉਸ ਦੌਰਾਨ ਇਸ ਦੀ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਆ ਜਾਂ ਦੌਰ ਸਾਹ ਇਸ ਨੂੰ ਆਉਣ ਲੱਗਦਾ ਹੈ ਜਿਸ ਦੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਮਨਜੋਤ ਸਿੰਘ ਦੀ ਤਸਵੀਰ ਦਿਖਾ ਰਹੇ ਹਾਂ ਨਾਲ ਜਿਹੜਾ ਕਾਲਜ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਇਸ ਨੌਜਵਾਨ ਦੇ ਵੱਲੋਂ ਦਾਖਲਾ ਲਿਆ ਗਿਆ ਸੀ ਪੜ ਰਿਹਾ ਸੀ ਦੇਖ ਸਕਦੇ ਹੋ ਤਸਵੀਰਾਂ ਸਾਹਮਣੇ ਆ ਰਹੀਆਂ ਮਨਜੋਤ ਸਿੰਘ ਦੀਆਂ ਜਿੱਥੇ ਇਹ ਪਹਿਲੇ ਦਿਨ ਕਾਲਜ ਦਾ ਗਿਆ ਸੀ ਅੱਜ ਇਸ ਦਾ ਪਹਿਲਾ ਦਿਨ ਸੀ ਕਾਲਜ ਦਾ ਤੇ ਪਹਿਲੇ ਦਿਨ ਹੀ ਦੇਖ ਸਕਦੇ ਹੋ ਇਸ ਦੀ ਮੌਤ ਹੋ ਗਈ ਹੈ ਮਹਿਜ 19 ਸਾਲਾਂ ਉਮਰ ਸੀ 19 ਸਾਲਾਂ ਉਮਰ ਸੀ ਔਰ ਲਗਾਤਾਰ ਹਾਰਟ ਅਟੈਕ ਦੇ ਨਾਲ ਜਿਹੜਾ ਮੌਤਾਂ ਬਦਰੀਆਂ ਨੇ ਤਾਂ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਆਖਰਕਾਰ ਕੀ ਕਾਰਨ ਹੋ ਸਕਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ ਔਰ ਕਮੈਂਟ ਕਰਕੇ ਸਾਨੂੰ ਦੱਸੋ ਕਿ ਆਖਰਕਾਰ ਕੀ ਕਾਰਨ ਹੋ ਸਕਦਾ ਜਦੋਂ ਅਜਿਹੇ ਮੌਤਾਂ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਹੋ ਰਹੀਆਂ ਨੇ ਲਗਾਤਾਰ ਕੈਨੇਡਾ ਦੇ ਵਿੱਚ ਮੌਤਾਂ ਜਿਹੜੀਆਂ ਨੇ ਵਧਦੀਆਂ ਜਾ ਰਹੀਆਂ ਲਗਾਤਾਰ ਕੈਨੇਡਾ ਦੇ ਵਿੱਚ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ ਤਾਂ ਤਸਵੀਰ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਜਿਹੜੀ ਸਾਹਮਣੇ ਆ ਰਹੀ ਹੈ ਮਨਜੋਤ ਸਿੰਘ ਦੀ ਤਸਵੀਰ ਹੈ ਮਨਜੋਤ ਸਿੰਘ ਨੂੰ ਹਾਰਟ ਅਟੈਕ ਆ ਜਾਂਦਾ ਉਹ ਵੀ ਕਾਲਜ ਦਾ ਪਹਿਲਾ ਦਿਨ ਹੁੰਦਾ ਇਸ ਤੋਂ ਮੰਦਭਾਗਾ ਕੀ ਹੋ ਸਕਦਾ ਦੇਖ ਸਕਦੇ ਹੋ ਕਾਲਜ ਦਾ ਪਹਿਲਾ ਦਿਨ ਹੁੰਦਾ ਬੱਚਾ ਚਾਈ ਚਾਈ ਕਾਲਜ ਦੇ ਬੱਚੇ ਆਂਦਾ ਕਿਉਂਕਿ 12ਵੀਂ ਤੋਂ ਬਾਅਦ 12ਵੀਂ ਤੋਂ ਬਾਅਦ ਗਿਆਸਾ ਤੁਸੀਂ ਲਗਾਤਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰੋ ਕਮੈਂਟ ਕਰੋ ਕਿਉਂਕਿ ਬਹੁਤ ਲੋਕ ਕਹਿੰਦੇ ਆ ਕਿ ਜਾ ਕੇ ਨਸ਼ੇ ਤੇ ਲੱਗ ਜਾਂਦੇ ਆ ਤਾਂ ਮੌਤਾਂ ਹੋ ਜਾਂਦੀਆਂ ਲਾ ਕੇ ਜਾ ਕੇ ਟੈਨਸ਼ਨ ਹੋ ਜਾਂਦੀ ਹੈ ਤਾਂ ਮੌਤਾਂ ਹੋ ਜਾਂਦੀ ਹੈ ਪਰ 4 ਦਿਨ ਪਹਿਲਾਂ ਗੇ ਨੂੰ ਕਿਹੜੀ ਟੈਨਸ਼ਨ ਹੋ ਸਕਦੀ ਹੈ 4 ਦਿਨ ਪਹਿਲਾਂ ਗੇ ਨੂੰ ਕਿ ਨਸ਼ੇ ਤੇ ਲੱਗ ਸਕਦਾ 4 ਦਿਨ ਪਹਿਲਾਂ ਜਾ ਕੇ ਕੋਈ ਇਸ ਦੀ ਦੇਖ ਸਕਦੇ ਹੋ ਮੌਤ ਹੋ ਗਈ 19 ਸਾਲਾਂ ਦੀ ਪਰ ਜੇ ਗੱਲ ਕਰੀਏ ਮੌਸਮ ਦੀ ਜੇ ਤੀਜਾ ਫੈਕਟਰ ਮੌਸਮ ਲੈਣਾ ਤਾਂ ਹੁਣ ਤਾਂ ਮੌਸਮ ਵੀ ਕੋਈ ਐਡਾ ਕੋਈ ਉਥੇ ਬਰਫ ਜੋ ਨੌਜਵਾਨ ਦੀ 19 ਸਾਲਾਂ ਦੀ ਵਿੱਚ ਮੌਤ ਹੋ ਗਈ ਹੈ ਕਾਲਜ ਦੇ ਪਹਿਲੇ ਦਿਨ ਤਾਂ ਤੁਸੀਂ ਲਗਾਤਾਰ ਕਮੈਂਟ ਜਰੂਰ ਕਰਦੇ ਰਹੋ ਤੁਹਾਡਾ ਕਮੈਂਟ ਜਿਹੜਾ ਹੈ ਪੜ੍ਹ ਕੇ ਸੁਣਾਵਾਂਗੇ ਤੁਸੀਂ ਕਮੈਂਟ ਕਰਦੇ ਰਹੋ ਕਿ ਆਖਰਕਾਰ ਤੁਸੀਂ ਕੀ ਕਾਰਨ ਮੰਨਦੇ ਹੋ ਇਸ ਘਟਨਾ ਦਾ ਦੇਖ ਸਕਦੇ ਹੋ ਇਸ ਘਟਨਾ ਜੋ ਕਿ ਬਹੁਤ ਦਮੰਦ ਭਾਗੀ ਘਟਨਾ ਆਪਣੇ ਆਪ ਦੇ ਵਿੱਚ ਮਨਜੋਤ ਸਿੰਘ ਕੈਨੇਡਾ ਜਾਂਦਾ ਹੈ ਹਲਕਾ ਘਨੌਰ ਤੋਂ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰਨ ਦੇ ਲਈ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਪਰ ਜਿਵੇਂ ਕਾਲਜ ਦੇ ਪਹਿਲੇ ਦਿਨ ਉਸ ਦੀ ਜੋ ਕਲਾਸ ਹੁੰਦੀ ਹੈ ਕਲਾਸ ਦੇ ਵਿੱਚ ਜਾਂਦਾ ਤੇ ਕਲਾਸ ਦੇ ਵਿੱਚ ਜਾਣਸਾਰ ਡਿੱਗ ਜਾਂਦਾ ਸਾਂ ਦੀ ਪ੍ਰੋਬਲਮ ਆਉਂਦੀ ਹੈ ਤੇ ਹਾਰਟ ਅਟੈਕ ਆਉਂਦਾ ਤੇ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਮਨਜੋਤ ਸਿੰਘ ਦੀ ਇੱਕ ਪਾਸੇ ਫੋਟੋ ਹੈ ਇੱਕ ਪਾਸੇ ਕਾਲਜ ਦੀ ਫੋਟੋ ਹੈ ਜਿੱਥੇ ਇਸ ਨੇ ਪੜਾਈ ਕਰਨੀ ਸੀ ਜਿੱਤੇ ਇਸ ਨੇ ਪੜਾਈ ਕਰਨ ਦੇ ਲਈ ਦਾਖਲਾ ਲੈਣਾ ਸੀ ਇੱਕ ਪਾਸਿਓ ਕਾਲਜ ਦੀ ਫੋਟੋ ਹੈ ਤੇ ਕਲਾਸ ਦੀ ਫੋਟੋ ਹੈ ਜਿੱਤੇ ਇਸ ਨੂੰ ਹਾਰਟ ਅਟੈਕ ਆਇਆ ਤਾਂ ਦੇਖ ਸਕਦੇ ਹੋ ਕੈਨੇਡਾ ਦਾ ਕਾਲਜ ਹੈ ਔਰ ਮਨਜੋਤ ਸਿੰਘ ਦੀ ਤਸਵੀਰ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰੋ ਤਾਂ ਜੋ ਜੋ ਵੀ ਖਬਰ ਨੂੰ ਦੇਖ ਰਿਹਾ ਕਮੈਂਟ ਜਰੂਰ ਕਰੇ ਕਿਉਂਕਿ ਤੁਹਾਡਾ ਕਮੈਂਟ ਅਸੀਂ ਪੜ੍ਹ ਕੇ ਸੁਣਾਵਾਂਗੇ ਆਖਰਕਾਰ ਕੀ ਕਾਰਨ ਹੋ ਸਕਦਾ 6 ਦਿਨ ਪਹਿਲਾਂ ਗਿਆ ਜਵਾਕ 4 ਦਿਨ ਪਹਿਲਾਂ ਗਿਆ ਜਵਾਕ ਨਾ ਹੀ ਨਚੇ ਦੇ ਲੱਗ ਸਕਦਾ ਨਾ ਹੀ ਜਿਹੜਾ ਕੋਈ ਟੈਨਸ਼ਨ ਦੇ ਵਿੱਚ ਪੈ ਸਕਦਾ ਪਰ 4 ਦਿਨ ਪਹਿਲਾਂ ਗਿਆ ਦੇਸੀ ਇਹ ਅਗਸਤ ਦੇ ਕਿ ਕਿਉਂਕਿ ਕਲਾਸਾਂ ਇਸ ਦੀਆਂ ਸ਼ੁਰੂ ਹੋਣੀਆਂ ਸੀ ਕਿਹਾ ਜਾ ਰਿਹਾ ਕਿ 6 ਦਿਨ ਪਹਿਲਾਂ ਗਿਆ ਸੀ 6 ਦਿਨ ਪਹਿਲਾਂ ਕਾਲਜ ਜਾਂਦਾ ਹੈ ਕੈਨੇਡਾ ਜਾਂਦਾ ਔਰ ਦੇਖ ਸਕਦੇ ਹੋ ਪਹਿਲੇ ਦਿਨ ਹੀ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਦੇ ਨਾਲ ਇਸ ਤੋਂ ਵੱਡੀ ਟਰੈਜੇਡੀ ਕੀ ਹੋ ਸਕਦੀ ਹੈ ਇਸ ਨੌਜਵਾਨ ਦੇ ਨਾਲ 19 ਸਾਲਾਂ ਮਹਿਜ ਉਮਰ ਸੀ 12ਵੀਂ ਕਰਕੇ ਇਹ ਗਿਆ ਸੀ ਦੇਖ ਸਕਦੇ ਹੋ ਹਲਕਾ ਕਨੌਰ ਦੀਆਂ ਤਸਵੀਰ ਹਲਕਾ ਕਨੌਰ ਤੋਂ ਸੀ ਹਲਕਾ ਕਨੌਰ ਤੋਂ ਸੀ ਤੇ ਉਸ ਤੋਂ ਬਾਅਦ ਇਹ ਨੌਜਵਾਨ ਜਿਹੜਾ ਹੈ ਕੈਨੇਡਾ ਪੜ੍ਹਨ ਲਈ ਜਾਂਦਾ ਤੇ ਕੈਨੇਡਾ ਜੋ ਪੜ੍ਹਨ ਦੇ ਲਈ ਜਾਂਦਾ ਤਾਂ ਕਲਾਸ ਦੇ ਪਹਿਲੇ ਦਿਨ ਜਿਹੜਾ ਇਸ ਦੀ ਮੌਤ ਹੋ ਜਾਂਦੀ ਆ ਹਾਰਟ ਅਟੈਕ ਆ ਜਾਂਦਾ ਸਾਹ ਦੀ ਪ੍ਰੋਬਲਮ ਆਉਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਇਹ ਨੌਜਵਾਨ ਮਰ ਜਾਂਦਾ ਤਾਂ ਦੇਖ ਸਕਦੇ ਹੋ ਤਸਵੀਰਾਂ ਕਾਲਜ ਦੀਆਂ ਨੇ ਤੇ ਨਾਲ ਮਨਜੋਤ ਸਿੰਘ ਦੀਆਂ ਤਸਵੀਰਾਂ ਨੇ ਔਰ ਕਲਾਸ ਦੀ